أما بعد فأعوذ بالله من الشيطان الرجيم بسم الله الرحمن الرحيم ويطعمون الطعام على حبه مسكينا ويتيما وعسيرا لکھ آن بہاراں وچ گلشن لکھ آن بہاراں وچ گلشن اتے مکھ باغ دے ول پرتاونا نہیں واج مارنی نہیں کسے ماں وانگوں تے پت کہہ کے کسے وی گل لاوڑا نہیں تے جیویں لاڈ لڈائے نے ماں پیاری ایویں کسے وی لاڈ لڈاوڑا نہیں ओ दिल रोंदा रहिंदा ए तां साहिब के जान वाले ने मुड़ के आवड़ा नहीं मुख्तसर हमदो सलात तो बाद स्टेज दे उते तुसी देख रहे हो मेरे मसलक दी रौनक और मैं ये कहां के मेरे शहर दी रौनक ते बड़ी वड्डी ना इंसाफी होएगी ਸ਼ਹੂਪੁਰੇ ਸ਼ਹਿਰ ਦੀ ਰੌਣਕ ਤੇ ਹੈ ਹੀ ਹੈ ਵੀ ਮਾਸ਼ਾਅੱਲਾ ਮੇਰੇ ਮਸਲਕ ਤੇ ਮੇਰੇ ਸਟੇਜ ਦੀ ਰੌਣਕ ਖਤੀਬ ਇਬਨੇ ਖਤੀਬ ਹਜ਼ਰਤ ਮੌਲਾਨਾ ਕਾਰੀ ਅਬਦੁਲ ਰਹਿਮਾਨ ਸਾਹਿਬ ਸ਼ਹੂਪੁਰੀ ਹਾਫਿਜ਼ਾ ਖੁੱਲ੍ਹਾ ਤਾਲਾ ਤਸ਼ਰੀਫ ਫਰਮਾ ਨੇ ਮੈਂ ਉਹਨਾਂ ਦੇ ਖਿਤਾਬ ਤੋਂ ਕਬਲ ਤੁਸਾਂ ਹਜ਼ਰਾਤ ਦੇ ਸਾਹਮਣੇ ਦੀਨ ਦਾ ਤਾਲਬ ਇਲਮ ਹੋਣ ਦੇ ਨਾਤੇ ਚੰਦ ਇੱਕ ਮਾਰੂਜ਼ਾਤ ਪੇਸ਼ ਕਰਕੇ ਆਪਣੀ ਬਾਤ ਨੂੰ ਖਤਮ ਕਰਾਂਗਾ ਰਾਤ ਦਾ ਕਾਫੀ ਸਾਰਾ ਹਿੱਸਾ ਬੀਤ ਚੁੱਕਿਆ ਹੈ ਔਰ ਫਿਰ ਇਹ ਮੁੰਡਾ ਪਿੰਡ ਫੈਸਲਾਬਾਦ ਦੀ ਜਮਾਤ ਔਰ ਇਹ ਸਲਾਨਾ 72ਵੀਂ ਸਲਾਨਾ ਐਲ ਇਹ ਕਾਨਫਰੰਸ ਜਿਸ ਦੇ ਅੰਦਰ ਤੁਸੀਂ ਉਲਾਮਾਏ ਕਿਰਾਮ ਦੇ ਖਿਤਾਬਾਤ ਸਮਾਤ ਫਰਮਾ ਚੁੱਕੇ ਹੋ ਔਰ ਫਰਮਾਓਗੇ ਵੀ ਇਨਸ਼ਾਅੱਲਾ ਮੈਂ ਤੁਸਾਂ ਹਬਾਬ ਦੇ ਸਾਹਮਣੇ ਨਬੀ ਮੁਹਤਰਮ ਰਸੂਲ ਮੁਅੱਜ਼ਮ ਜਨਾਬ ਮੁਹੰਮਦੁਰ ਰਸੂਲੁੱਲਾ ਜ਼ਰਾ ਥੋੜ੍ਹਾ ਕੁ ਪਿਆਰ ਨਾਲ ਪੜ੍ਹ ਲਓ ਸੱਲੱਲਾਹੁ ਅਲੈਹਿ ਵਸੱਲਮ ਹਾਲੇ 12 ਨਹੀਂ ਵੱਜੇ ਥੋੜ੍ਹੇ ਜਿਹੇ ਮਿੰਟ ਬਾਕੀ ਨੇ ਆਪ ਦੇ ਅਹਿਲੇ ਬੈਤ ਵਿੱਚੋਂ ਇੱਕ ਜੋੜੇ ਦਾ ਜ਼ਿਕਰ ਕਰਨਾ ਚਾਹਾਂਗਾ ਦੁਆ ਕਰੋ ਅੱਲਾ ਸਾਨੂੰ ਸਾਰਿਆਂ ਨੂੰ ਨਬੀ ਪਾਕ ਦੇ ਸਹਾਬਾ ਨਾਲ ਅਹਿਲੇ ਬੈਤ ਨਾਲ ਸੱਚਾ ਪੱਕਾ ਪਿਆਰ ਨਸੀਬ ਫਰਮਾਏ ਅਸੀਂ ਪਿਆਰ ਕਰਨੇ ਵੀ ਹਾਂ ਅੱਲਾ ਮਜ਼ੀਦ ਕਰਨ ਦੀ ਤੌਫੀਕ ਅਤਾ ਫਰਮਾਏ ਪਹਿਲੇ ਨੰਬਰ 'ਤੇ ਇਹ ਜ਼ਿਹਨ ਰੱਖੋ ਇਹ ਜ਼ਿਹਨ 'ਚ ਗੱਲ ਬਿਠਾਓ ਕਿ ਅੱਲਾ ਨੇ ਸੋਹਣੇ ਮਹਬੂਬ ਪੈਗੰਬਰ ਨੂੰ 4 ਧੀਆਂ ਅਤਾ ਕੀਤੀਆਂ ਬੋਲੋ ਕਿੰਨੀਆਂ ਬੇਟੀਆਂ ਅਤਾ ਕੀਤੀਆਂ ਸਾਰੇ ਬੋਲੋ ਕਿੰਨੀਆਂ ਦਿੱਤੀਆਂ 4 ਬੇਟੀਆਂ ਦਾ ਬਾਪ ਬਣਾਇਆ ਸੈਯਦਾ ਜ਼ੈਨਬ ਰਜ਼ੀ ਅੱਲਾਹੁ ਤਾਲਾ ਅਨਹਾ ਸੈਯਦਾ ਰੁਕਈਆ ਰਜ਼ੀ ਅੱਲਾਹੁ ਤਾਲਾ ਅਨਹਾ ਸੈਯਦਾ ਉਮੇ ਕਲਸੂਮ ਰਜ਼ੀ ਅੱਲਾਹੁ ਤਾਲਾ ਅਨਹਾ ਔਰ ਸੈਯਦਾ ਫਾਤਿਮਾ ਤੁ ਜ਼ਹਰਾ ਰਜ਼ੀ ਅੱਲਾਹੁ ਤਾਲਾ ਅਨਹਾ ਇਹ 4 ਬੇਟੀਆਂ ਅੱਲਾ ਨੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਅਤਾ ਫਰਮਾ ਕੇ ਤੇ ਉਮਤ ਨੂੰ ਮੈਨੂੰ ਤੇ ਤੁਹਾਨੂੰ ਪੈਗਾਮ ਦਿੱਤਾ ਵੀ ਬੇਟੀਆਂ ਮਨੂਸ ਤੇ ਜ਼ਾਮਤ ਨਹੀਂ ਹੁੰਦੀਆਂ ਬਲਕਿ ਅੱਲਾ ਦੀ ਰਹਿਮਤ ਹੁੰਦੀਆਂ ਨੇ ਮੇਰੇ ਤੁਹਾਡੇ ਪਾਕਿਸਤਾਨ ਮੁਲਕ ਅੰਦਰ ਧੀਆਂ ਨੂੰ ਮਨੂਸ ਸਮਝਿਆ ਜਾਂਦਾ ਬੇਟੀਆਂ ਨੂੰ ਹਿੱਸਾ ਨਹੀਂ ਮਿਲਦਾ ਬੇਟਿਆਂ ਨੂੰ ਮਿਲ ਜਾਂਦਾ ਨਾ ਮੇਰੇ ਮੁਹਤਰਮ ਭਾਈਓ ਬੇਟਿਆਂ ਦੀ ਵੀ ਤਰਬੀਅਤ ਬਜਾ ਤੇ ਬੇਟੀਆਂ ਦੀ ਵੀ ਇੱਜ਼ਤ ਤੇ ਅਦਬ ਤੇ ਇਹਤਰਾਮ
ਉਹਨਾਂ ਦਾ ਵੀ ਕਰਨਾ ਹੈ। ਨਬੀ ਮੁਹਤਰਮ ਰਸੂਲ ਮੁਅੱਜ਼ਮ ਸੱਲੱਲਾਹੁ ਅਲੈਹਿ ਵਸੱਲਮ ਤੇ ਹਲੇ ਬੈਤ ਵਿੱਚੋਂ ਮੈਂ ਸਿਰਫ ਜਨਾਬ ਦੀ ਆਖਰੀ ਬੇਟੀ ਸੈਯਦਾ ਫਾਤਿਮਾ ਜ਼ਹਰਾ ਰਜ਼ੀ ਅੱਲਾਹੁ ਤਾਲਾ ਅਨਹਾ ਔਰ ਸੈਯਦਨਾ ਅਲੀ ਉਲ ਮੁਰਤਜ਼ਾ ਰਜ਼ੀ ਅੱਲਾਹੁ ਤਾਲਾ ਅਨਹੋ ਦਾ ਅਖਲਾਕੋ ਕਿਰਦਾਰ ਥੋੜ੍ਹਾ ਜਿਹੀ ਝਲਕ ਪੇਸ਼ ਕਰਕੇ ਆਪਣੀ ਬਾਤ ਨੂੰ ਖਤਮ ਕਰਾਂਗਾ। ਮੇਰੀ ਦੁਆ ਹੈ ਕਿ ਮੈਂ ਜੋ ਕੁਛ ਬਿਆਨ ਕਰਾਂ ਅੱਲਾ ਮੇਰੇ ਸਮੇਤ ਸਾਨੂੰ ਸਾਰਿਆਂ ਨੂੰ ਅਮਲ ਕਰਨ ਦੀ ਵੀ ਤੋਫੀਕ ਅਤਾ ਫਰਮਾਏ। ਮੇਰੇ ਔਰ ਤੁਸਾਂ ਦੇ ਪੀਰੋ ਮੁਰਸ਼ਦ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਮੇਰੇ ਮਾਬੂ ਪੈਗੰਬਰ ਨੂੰ ਹਿਜਰਤ ਕੀਤੇ ਆ 2 ਸਾਲ ਦਾ ਅਰਸਾ, 2 ਸਾਲ ਮੇਰੇ ਪੈਗੰਬਰ ਨੂੰ ਹਿਜਰਤ ਕੀਤੇ ਆ ਗੁਜ਼ਰ ਗਏ ਨੇ। ਇੱਧਰ ਮੇਰੇ ਪੈਗੰਬਰ ਦੀ ਪਿਆਰੀ ਬੇਟੀ ਫਾਤਿਮਾ ਰਜ਼ੀ ਅੱਲਾਹੁ ਤਾਲਾ ਅਨਹਾ, ਮੇਰੇ ਪੈਗੰਬਰ ਦੀ ਬੇਟੀ ਫਾਤਿਮਾ ਜਵਾਨ ਹੋ ਗਈ ਏ। ਜਾਣਦੇ ਹੋ ਕਿ ਜਦੋਂ ਬੇਟੀਆਂ ਜਵਾਨ ਹੋ ਜਾਵਣ ਤੇ ਜਨਾਬ ਮਾਪਿਆਂ ਦੀਆਂ ਤੇ ਨੀਂਦਾਂ ਉੱਡ ਜਾਂਦੀਆਂ ਨੇ। ਮੇਰੇ ਪੈਗੰਬਰ ਗਾਹੇ ਬਗਾਹੇ ਸੇ ਤਲਾਸ਼ ਦੇ ਅੰਦਰ ਨੇ, ਕਦੋਂ ਕੋਈ ਮਕੂਲ ਰਿਸ਼ਤਾ ਆਵੇ ਤੇ ਮੈਂ ਆਪਣੀ ਬੇਟੀ ਫਾਤਿਮਾ ਦਾ ਨਿਕਾਹ ਕਰ ਦਵਾਂ। ਇਧਰੋਂ ਰਿਸ਼ਤਾ ਤੈਅ ਹੋ ਗਿਆ ਏ ਜਨਾਬ ਅਲੀ ਉਲ ਮੁਰਤਜ਼ਾ ਰਜ਼ੀ ਅੱਲਾਹੁ ਤਾਲਾ ਅਨਹੁ ਦੇ ਨਾਲ। ਸੁਣਿਓ, ਮੇਰੇ ਪੈਗੰਬਰ ਨੇ ਆਪਣੀ ਬੇਟੀ ਫਾਤਿਮਾ ਦਾ ਨਿਕਾਹ ਅਲੀ ਦੇ ਨਾਲ ਕਰ ਦਿੱਤਾ ਰਜ਼ੀ ਅੱਲਾਹੁ ਤਾਲਾ ਅਨਹੁ ਮਾ। ਮੇਰੇ ਪੈਗੰਬਰ ਨਿਕਾਹ ਦਾ ਮਸਨੂਨ ਖੁਤਬਾ ਪੜ੍ਹਾਉਂਦੇ ਪਏ ਨੇ ਤੇ ਮੁੰਡੇ ਪਿੰਡ ਵਾਲਿਓ, ਬਾਪ ਪੱਥਰ ਦਿਲ ਕਿਉਂ ਨਾ ਹੋਵੇ, ਮਾਂ ਪੱਥਰ ਦਿਲ ਕਿਉਂ ਨਾ ਹੋਵੇ। ਜਦੋਂ ਬੇਟੀਆਂ ਨੂੰ ਟੋਰਨ ਦਾ ਵਕਤ ਆਉਂਦਾ ਤੇ ਅੱਖਾਂ ਵਿੱਚੋਂ ਖੰਜੂ ਨਿਕਲੀ ਆਉਂਦੇ ਨੇ। ਮੇਰੇ ਪੈਗੰਬਰ ਨਕਾਬ ਦਾ ਮਸਨੂਨ ਖੁਤਬਾ ਪੜਾਇਆ ਹਾਂਸੂਆਂ ਦੀਆਂ ਲੜੀਆਂ ਦੇ ਅੰਦਰ। ਆਪ ਫਰਮਾਉਂਦੇ ਨੇ, ਪੈਗਾਮ ਭੇਜਿਆ ਮੇਰੀ ਬੇਟੀ ਫਾਤਿਮਾ ਨੂੰ ਤਿਆਰ ਕੀਤਾ ਜਾਏ। ਇਹਨਾਂ ਤਿਆਰੀ ਦੇ ਲਮਹਾਤ ਦੇ ਅੰਦਰ ਮਾਂ ਉੰਮੇ ਸਲਮਾ ਦੀ ਜ਼ੁਬਾਨ ਚੋਂ ਗੱਲ ਨਿਕਲੀ ਏ, ਫਾਤਿਮਾ ਜੋ ਤੂੰ ਪਿਆਰੀ ਤੇ ਕਿੰਨੀ ਲੱਗਦੀ ਪਈ ਏ, ਫਾਤਿਮਾ ਜੇ ਤੇਰਾ ਨਿਕਾਹ ਦਾ ਮੰਜ਼ਰ ਕਿੰਨਾ ਪਿਆਰਾ ਜੇ ਆਏ, ਫਾਤਿਮਾ ਮੈਂ ਉਮੇ ਸਲਮਾ ਵੀ ਤੇਰੀ ਮਾਂ ਲੱਗਣੀ ਆ, ਹੈ ਤੇ ਸੈਯਦਾ ਜ਼ੁਬੈਰੀਆ ਵੀ ਤੇਰੀ ਮਾਂ ਲੱਗਦੀ ਏ, ਹਾਏ ਤੇ ਐਸ਼ਾ ਸਿੱਦੀਕਾ ਵੀ ਤੇਰੀ ਮਾਂ ਲੱਗਦੀ ਏ। ਫਾਤਿਮਾ ਕਾਸ਼ ਅੱਜ ਤੇਰੇ ਨਿਕਾਹ ਦੇ ਮੌਕੇ ਤੇ ਤੇਰੀ ਮਾਂ ਸੈਯਦਾ ਖਤੀਜਾ ਵੀ ਜ਼ਿੰਦਾ ਹੁੰਦੀ। ਹਾਏ ਅੱਜ ਤੇਰੀ ਮਾਂ ਨੂੰ ਤੇਰੇ ਨਿਕਾਹ ਦੀਆਂ ਭਲਾ ਕਿੰਨੀਆਂ ਖੁਸ਼ੀਆਂ ਹੋਣੀਆਂ ਸਨ। ਉਹ ਮੇਰੇ ਸੋਹਣਿਓ, ਜਦੋਂ ਫਾਤਿਮਾ ਨੇ ਮਾਂ ਦਾ ਨਾਮ ਸੁਣਿਆ ਤੇ ਫਾਤਿਮਾ ਦੀਆਂ ਅੱਖੀਆਂ ਡੁੱਲ ਪੈਂਦੀਆਂ ਨੇ। ਉਹ ਲੋਕੋ, ਫਾਤਿਮਾ ਨੇ ਆਪਣੀ ਅੰਮੀ ਜਾਨ ਦਾ ਨਾਮ ਸੁਣਿਆ ਤੇ ਫਾਤਿਮਾ ਰੋਣ ਲੱਗ ਪੈਂਦੀ ਏ। ਮੇਰੇ ਪੈਗੰਬਰ ਨੂੰ ਪੈਗਾਮ ਭੇਜਿਆ, ਆਕਾ ਜੀ ਜ਼ਰਾ ਘਰ ਤੇ ਸ਼ਰੀਫ ਲਿਆਓ, ਤੁਹਾਡੀ ਬੇਟੀ ਫਾਤਿਮਾ ਰੋ ਰਹੀ ਏ। ਮੇਰੇ ਪੈਗੰਬਰ ਜਲਦੀ ਦੇ ਨਾਲ ਆਏ ਨੇ। ਜਾਣਦੇ ਹੋ ਕਿ ਧੀਆਂ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਉਣ ਤੇ ਮਾਪੇ ਤੇ ਕੁਰਬਾਨ ਹੋਣ ਤੇ ਚਲੇ ਜਾਂਦੇ ਨੇ। ਮੇਰੇ ਪੈਗੰਬਰ ਆ ਕੇ ਫਰਮਾਉਂਦੇ ਨੇ, ਮੈਂ ਕੁਰਬਾਨ ਜਾਵਾਂ, ਮੇਰੀ ਬੇਟੀ ਫਾਤਿਮਾ ਕਿਉਂ ਰੋ ਰਹੀ ਏ? ਮੇਰੇ ਪੈਗੰਬਰ ਇਹ ਸਮਝਦੇ ਪਏ ਨੇ, ਪਤਾ ਨੀ ਅਲੀ ਦੀਆਂ ਗੁਰਬਤਾਂ ਯਾਦ ਆ ਗਈਆਂ ਤੇ ਤਾਂ ਫਾਤਿਮਾ ਰੋ ਰਹੀ ਏ। ਮੇਰੇ ਪੈਗੰਬਰ ਫਰਮਾਉਂਦੇ ਨੇ, ਇਹ ਮੇਰਾ ਪੁੱਤਰ ਫਾਤਿਮਾ ਗਮ ਨਾ ਕਰ, ਅਲੀ ਭਾਵੇਂ ਮਾੜਾ ਜਿਹਾ ਏ, ਅਲੀ ਭਾਵੇਂ ਕਮਜ਼ੋਰ ਜਿਹਾ, ਲੇਕਿਨ ਅਲੀ ਦਾ ਈਮਾਨ ਬੜਾ ਪੱਕਾ ਏ। ਮੇਰੇ ਮੋਹਤਰਮ ਬਾਈਓ, ਘਰ ਦੇ ਵਿੱਚੋਂ ਇੱਕ ਮਾਂ ਬੋਲ ਕੇ ਜ਼ੌਜਾ ਮੋਹਤਰਮਾ ਬੋਲੀ, ਸੋਹਣਿਆ ਮਹਬੂਬਾ, ਫਾਤਿਮਾ ਇਹ ਅਲੀ ਦੀਆਂ ਗੁਰਬਤਾਂ ਯਾਦ ਕਰਕੇ ਨਹੀਂ ਰੋ ਰਹੀ, ਬਲਕਿ ਆਪਣੀ ਮੋਈ ਮਾਂ ਖਤੀਜਾ ਨੂੰ ਯਾਦ ਕਰਕੇ ਰੋਂਦੀ ਪਈ ਏ। ਸੋਹਣਿਓ, ਕੀ ਪੁੱਛਦੇ ਹੋ, ਮਾਂ ਦਾ ਕੀ ਮੁਕਾਮ ਹੁੰਦਾ? ਯਕੀਨ ਜਾਣੋ, ਅੱਜ ਮੇਰੇ ਤੁਹਾਡੇ ਮੁਲਕੇ ਪਾਕਿਸਤਾਨ ਅੰਦਰ ਐਸੇ ਐਸੇ ਬਦਤਮੀਜ਼ ਤੇ ਐਸੇ ਐਸੇ ਗੁਸਤਾਖ ਤੇ ਬੜੇ ਬੜੇ ਤਲੀਮ ਯਾਫਤਾ ਮੌਜੂਦ ਨੇ, ਜਿਹੜੇ ਮਾਂ ਦੇ ਗੁਸਤਾਖ ਤੈਨੂੰ ਨਜ਼ਰ ਆਣਗੇ, ਬਾਪ ਦੀਆਂ ਗੁਸਤਾਖੀਆਂ ਕਰਨ ਵਾਲੇ ਨਜ਼ਰ ਆਣਗੇ, ਮਾਂ ਨੂੰ ਗਾਲਾਂ ਕੱਢਣ ਵਾਲੇ ਨਜ਼ਰ ਆਣਗੇ, ਬਾਪ ਨੂੰ ਮੰਦਾ ਬੋਲਣ ਵਾਲੇ
ਜੰਨਤ ਲਾਣਗੇ। ਓਏ ਸੋਹਣਿਆ, ਇੱਕ ਅਵਾਰਾ ਕੁੱਤਾ ਬਾਹਰ ਮਿਲ ਜਾਏ, ਉਹਨੂੰ ਪਹਿਲੇ ਦਿਨ ਬੁਲਾ ਕੇ ਦੁੱਧ ਪਿਲਾ, ਦੂਸਰੇ ਦਿਨ ਵੀ ਦੁੱਧ ਪਿਲਾ, ਅਵਾਰਾ ਕੁੱਤਾ ਤੇਰੇ ਦਰਵਾਜ਼ੇ ਤੇ ਤੀਸਰੇ ਦਿਨ ਆ ਜਾਏ, ਉਹਨੂੰ ਤੀਜੇ ਦਵਾਰ ਵੀ ਦੁੱਧ ਪਿਲਾ, ਚੌਥੇ ਦਿਨ ਫਿਰ ਦੁੱਧ ਪਿਲਾ, ਪੰਜਵੇਂ ਦਿਨ ਫਿਰ ਦੁੱਧ ਪਿਲਾ। ਓਏ ਅਵਾਰਾ ਕੁੱਤਾ, ਪੰਜ ਦਿਨ ਤੇਰੇ ਦਵਾਰੇ ਤੂੰ ਦੁੱਧ ਪੀਣ ਤੋਂ ਬਾਅਦ ਛੇਵੇਂ ਦਿਨ ਤੇਰੇ ਕਦਮਾਂ ਦੇ ਅੰਦਰ ਆ ਜਾਵੇਗਾ। ਓਏ ਜ਼ਾਲਿਮਾ, ਜਿਹੜਾ ਅਵਾਰਾ ਕੁੱਤਾ ਪੰਜ ਛੇ ਦਿਨ ਤੇਰੇ ਦੁਆਰੇ ਤੋਂ ਦੁੱਧ ਪੀਂਦਾ ਈ, ਉਹ ਤੇਰਾ ਅਦਬ ਕਰਨ ਲੱਗ ਜਾਂਦਾ ਈ। ਜਿਸ ਮਾਂ ਦਾ 2 ਸਾਲ ਤੂੰ ਦੁੱਧ ਪੀਤਾ ਏ, ਉਹਨੂੰ ਮਾਂ ਨੂੰ ਕੁੱਤੀ ਕਰਕੇ ਬੁਲਾਉਣਾ, ਉਸ ਮਾਂ ਨੂੰ ਗਾਲਾਂ ਕੱਢਣਾ। ਜਿਸ ਮਾਂ ਨੇ ਤੈਨੂੰ ਆਪਣੇ ਜਿਸਮ ਦਾ 2 ਸਾਲ ਦੁੱਧ ਪਿਲਾਇਆ, ਉਹ ਤੇਰੀ ਜ਼ੁਬਾਨ ਨੂੰ ਫਾਲਚ ਕਿਉਂ ਨਹੀਂ ਪੈ ਜਾਂਦਾ? ਉਹਨਾਂ ਨੂੰ ਫੋੜ ਕੇ ਵੇਖੋ ਜਿਨ੍ਹਾਂ ਦੀਆਂ ਮਾਵਾਂ ਕੋਈ ਨਹੀਂ, ਉਹਨਾਂ ਨੂੰ ਫੋੜ ਕੇ ਵੇਖੋ ਜਿਨ੍ਹਾਂ ਦੇ ਬਾਪ ਕੋਈ ਨਹੀਂ। ਯਕੀਨ ਜਾਣੋ, ਅੱਖਾਂ ਤਰਸਦੀਆਂ ਰਹਿ ਜਾਂਦੀਆਂ ਨੇ, ਪਰ ਮਾਵਾਂ ਕਦੋਂ ਆਉਂਦੀਆਂ ਨੇ? ਅੱਖਾਂ ਬਰਸਦੀਆਂ ਰਹਿ ਜਾਂਦੀਆਂ ਨੇ, ਮਾਵਾਂ ਭਲਾ ਕਦੋਂ ਆਉਂਦੀਆਂ ਨੇ? ਮੇਰੇ ਪੈਗੰਬਰ ਫਰਮਾਉਂਦੇ ਨੇ, ਮੇਰਾ ਪੁੱਤਰ ਫਾਤਿਮਾ, ਜਿਵੇਂ ਅੱਜ ਤੈਨੂੰ ਨਕਾਹ ਦੇ ਮੌਕੇ ਤੇ ਆਪਣੀ ਮਾਂ ਖਤੀਜਾ ਯਾਦ ਆ ਰਹੀ ਹੈ, ਬੇਟਾ ਉਂਝ ਮੈਨੂੰ ਵੀ ਤੇਰੀ ਮਾਂ ਦੀਆਂ ਵਫਾਵਾਂ ਯਾਦ ਆਉਂਦੀਆਂ ਨੇ। ਮੈਂ ਗੱਲ ਮੁਕਤਸਰ ਕਰਾਂ, ਮੇਰੇ ਪੈਗੰਬਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਬੇਟੀ ਨੂੰ ਰੁਖਸਤ ਕਰਨ ਲੱਗਿਆ ਉਹ ਯਾਦਗਾਰ ਅਲਫਾਜ਼ ਬੋਲੇ, ਜਿਹੜੇ ਸ਼ਾਇਦ ਕਿਸੇ ਬਾਪ ਨੂੰ ਆਪਣੀ ਬੇਟੀ ਦੇ ਮੁਤਾਲਿਕ ਬੋਲਣ ਦੀ ਤੌਫੀਕ ਹੋਵੇ ਕਿ ਨਾ ਹੋਏ। ਮੇਰੇ ਆਕਾ ਫਰਮਾਉਂਦੇ ਨੇ, ਮੇਰਾ ਪੁੱਤਰ ਫਾਤਿਮਾ, ਮੇਰੇ ਅਲੀ ਨੂੰ ਤੰਗ ਨਾ ਕਰੀ, ਮੇਰਾ ਅਲੀ ਬੜਾ ਕਮਜ਼ੋਰ ਜਿਹਾ ਬੰਦਾ ਈ। ਮੇਰੇ ਮੁਹਤਰਮ ਭਾਈਓ, ਮੇਰੇ ਪੈਗੰਬਰ ਨੇ ਤਰਬੀਅਤ ਦਿੱਤੀ ਹੈ ਤੇ ਫਰਮਾਇਆ ਫਾਤਿਮਾ ਤੋਂ ਬਿਜ਼ਾ ਤੋਂ ਮਿੰਨੀ, ਜਦ ਫਾਤਿਮਾ ਮੇਰੇ ਜਿਗਰ ਦਾ ਟੁਕੜਾ ਪਿਆਰ ਦਿੱਤਾ ਤੇ ਇਹ ਗੱਲ ਕਹੀਏ, ਜਦੋਂ ਔਲਾਦ ਨੂੰ ਤਰਬੀਅਤ ਦੇਣ ਦੀ ਵਾਰੀ ਆਈਏ, ਫਰਮਾਇਆ ਫਾਤਿਮਾ ਅਲੀ ਨਾਲ ਪਿਆਰ ਕਰੀ, ਅਲੀ ਨੂੰ ਗੁਰਬਤ ਦੇ ਮਾਮਲੇ ਅੰਦਰ ਪਰੇਸ਼ਾਨ ਨਾ ਕਰੀ। ਹਾਂ ਹਾਂ, ਅੱਗੇ ਦੇਖਣਾ ਜ਼ਰਾ, ਤਰਬੀਅਤ ਹੋਣ ਲੱਗੀ ਗਏ ਮੇਰੇ ਔਰ ਤੁਸਾਂ ਦੇ ਪੀਰੋ ਮੁਰਸ਼ਦ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ। ਮੇਰੇ ਮੋਹਤਰਮ ਬਾਜੋ, ਮੇਰੇ ਪੈਗੰਬਰ ਨੇ ਆਪਣੀ ਬੇਟੀ ਫਾਤਿਮਾ ਨੂੰ ਟੋਰ ਦਿੱਤਾ ਤੇ ਵਕਤ ਗੁਜ਼ਰਦਾ ਗਿਆ, ਦਿਨ ਤੇ ਹਫ਼ਤੇ ਗੁਜ਼ਰਦੇ ਗਏ ਤੇ ਇੱਕ ਦਿਨ ਮਾਂ ਸੈਯਦਾ ਫਾਤਿਮਾ ਰਜ਼ੀ ਅੱਲਾਹੁ ਤਾਲਾ ਨਖਾ ਔਰ ਜਨਾਬੇ ਸੈਯਦ ਨਾਲ ਯੁਲ ਮੁਰਤਜ਼ਾ ਦਾ ਆਪਸ ਦੇ ਅੰਦਰ ਕੋਈ ਚਪਕਲਿਸ਼ ਦਾ ਮਾਮਲਾ ਬਣ ਗਿਆ। ਆਪਸ ਦੇ ਅੰਦਰ ਜਨਾਬ ਕੋਈ ਚਪਕਲ ਊਂਚ ਨੀਚ ਘਰਾਂ ਵਿੱਚ ਹੋ ਜਾਂਦੀ ਹੈ। ਸੈਯਦਾ ਫਾਤਿਮਾ ਆਪਣੇ ਜਨਾਬ ਖਾਮਦ ਅਲੀ ਨਾਲ ਨਾਰਾਜ਼ ਹੋ ਕੇ ਤੇ ਮੇਰੇ ਮੁਹੰਮਦ ਦੇ ਘਰੇ ਆ ਗਈਆਂ ਨੇ ਸੱਲੱਲਾਹੁ ਅਲੈਹਿ ਵਸੱਲਮ। ਹੁਣ ਮੇਰੀਆਂ ਮਾਵਾਂ ਭੈਣਾਂ ਵੀ ਸੁਣਦੀਆਂ ਪਈਆਂ ਨੇ, ਮੇਰੇ ਜਨਾਬ ਬਜ਼ੁਰਗ ਤੇ ਜਵਾਨ ਵੀ ਸੁਣਦੇ ਪਏ ਨੇ। ਆ ਵੇਖਣਾ ਬੇਟੀ ਦੀ ਤਰਬੀਅਤ ਕਿੰਜ ਹੋਣ ਲੱਗੀ ਏ। ਤੂੰ ਕਹਿੰਦਾ ਜਨਾਬ ਸੱਸ ਧੀਏ ਇੱਕ ਗੱਲ ਸੁਣਾਵੇ, ਤੂੰ ਅੱਗੋਂ ਪੰਜ ਨਾ ਸੱਸ ਨੂੰ ਸੁਣਾ ਕੇ ਆਵੇ, ਤੂੰ ਚੁਧਰਾਣੀ ਦੀ ਧੀ ਕੋਈ ਨਹੀਂ, ਤੇਰਾ ਸਹੁਰਾ ਇੱਕ ਗੱਲ ਕਰੇ ਤੇ ਅੱਗੋਂ ਪੰਜ ਗਾਲਾਂ ਕੱਢ ਕੇ ਤੇ ਠੱਪ ਕੇ ਨਾ ਆਵੇ, ਤੇ ਤੂੰ ਚੌਧਰੀ ਦੀ ਧੀ ਨਹੀਂ। ਇਹ ਕੀ ਹੋ ਰਿਹਾ? ਇਹ ਬੇੜਾ ਗਰਕ ਹੋ ਰਿਹਾ, ਖਾਨਾ ਖਰਾਬ ਹੋ ਰਿਹਾ। ਮੇਰੇ ਪੈਗੰਬਰ ਨੇ ਆਪਣੀ ਬੇਟੀ ਦੀ ਤਰਬੀਅਤ ਕਿੰਜ ਕੀਤੀ ਏ? ਨਬੀ ਪਾਕ ਦੀ ਬੇਟੀ ਆਪਣੇ ਖਾਮਦ ਨਾਰਾਜ਼ ਹੋ ਕੇ ਆਈਏ, ਮੇਰੇ ਪੈਗੰਬਰ ਨੇ ਦੇਖਿਆ ਕਿ ਫਾਤਿਮਾ ਮੇਰੇ ਘਰ ਦੇ ਅੰਦਰ ਟੁਰੀ ਆ ਰਹੀ ਏ। ਉਹ ਲੋਕੋ, ਉਹਨਾਂ ਮਾਪਿਆਂ ਨੂੰ ਤੇ ਚਾਹ ਚੜ ਜਾਂਦੇ ਨੇ ਜਿਨ੍ਹਾਂ ਦੀਆਂ ਧੀਆਂ ਉਹਨਾਂ ਨੂੰ ਮਿਲਣ ਵਾਸਤੇ ਆਉਂਦੀਆਂ ਨੇ। ਮੇਰੇ ਆਕਾ ਫਰਮਾਉਂਦੇ ਨੇ, ਮੈਂ ਕੁਰਬਾਨ ਜਾਵਾਂ ਮੇਰੀ ਬੇਟੀ ਫਾਤਿਮਾ ਕਿੰਜ ਆਈਏ? ਅਖੇ ਅੱਬਾ ਜੀ, ਅਲੀ ਨਾਲ ਨਾਰਾਜ਼ਗੀ ਬਣ ਗਈ ਏ, ਮੈਂ ਅਲੀ ਉਲ ਮੁਰਤਜ਼ਾ ਨਾਲ ਆਪਣੇ ਖਾਮਦ ਨਾਲ ਨਾਰਾਜ਼ ਹੋ ਕੇ ਆਈਆਂ। ਰਜ਼ੀ ਅੱਲਾਹੁ ਤਾਲਾ ਅਨਹੁ, ਮੇਰੇ ਪੈਗੰਬਰ ਪਰੇਸ਼ਾਨੀ ਅੰਦਰ ਚਲੇ ਜਾਂਦੇ ਨੇ। ਆਪ ਫਰਮਾਉਂਦੇ ਨੇ, ਇੱਥੇ ਵੀ ਉਹ ਅਲਫਾਜ਼ ਬੋਲੇ ਜਿਹੜੇ ਅਲਫਾਜ਼ ਸ਼ਾਇਦ ਕਿਸੇ ਬਾਪ ਨੂੰ ਤੌਫੀਕ ਹੋਵੇ ਨਾ ਬੋਲਣ ਦੀ। ਮੇਰੇ ਆਕਾ ਫਰਮਾਉਂਦੇ ਨੇ, ਮੇਰਾ ਪੁੱਤਰ ਫਾਤਿਮਾ ਜਾ ਵਾਪਸ ਆਪਣੇ ਘਰ ਦੇ ਅੰਦਰ ਚਲੀ ਜਾ, ਇਹ ਮੇਰਾ ਪੁੱਤਰ ਫਾਤਿਮਾ ਤੇਰੇ ਬਾਬੇ ਮੁਹੰਮਦ ਦੇ ਦਰਵਾਜ਼ੇ ਕਿਆਮਤ ਦੀਆਂ ਕੰਧਾਂ ਤੱਕ ਵਾਸਤੇ ਤੇਰੇ ਵਾਸਤੇ ਖੁੱਲੇ ਨਹੀਂ। ਸੱਲੱਲਾਹੁ ਅਲੈਹਿ ਵਸੱਲਮ, ਜੇ ਤੂੰ ਆਪਣੇ ਖਾਮਦ ਅਲੀ ਨਾਲ ਨਾਰਾਜ਼ ਹੋ ਕੇ ਆਈਏ, ਜਾ ਵਾਪਸ ਮੁੜ ਜਾ ਤੇ ਵਾਪਸ ਆਪਣੇ ਘਰ ਦੇ ਅੰਦਰ ਚਲੀ ਜਾ। ਨੀ ਮੇਰੀ ਪੀਏ ਫਾਤਿਮਾ, ਜੇ
تینوں اپنے خاوند علی دی ناراضگی دے اندر اپنے بابے محمد دے گھر دے اندر موت آ گئی تے میں تیرا ابو تیرا جنازہ بھی نہیں پڑھاواں گا صلی اللہ علیہ وسلم، میں تیرا باپ محمد تیرا جنازہ بھی نہیں پڑھاواں گا صلی اللہ علیہ وسلم۔ اے نہیں آکھیا آجا خان تیرے دس پر عقیدے واسطے آجا میں اللہ دا نبی ہاں اللہ دا رسول ہاں آجا میں کرنا، نہ نہ، میرے پیغمبر فرما دے نے اے میری تھی یہ جا چلی جا اپنے خامد دے گھر چلی جا۔ میرے پیغمبر دنوں نکڑے نے اپنی بیٹی نو گھرے ٹور کے تے نبی پاک مسجد نبی وال ٹور پیندے نے۔ دعا کرو اللہ سانو بھی ویکھنی نصیب فرمائے، اللہ تانو بھی ویکھنی نصیب فرمایا، امین کہہ دیو۔ میرے پیغمبر مسجد نبی اندر پہنچے نے، کی ویکھیا جناب علی مسجد نبی دے اندر ہی لیٹے نے، سبحان اللہ۔ آپ فرماندے نے یا ابو تراب مٹی دے باوے علی جی ایتھے پہ دے، تے جناب علی المرتضیٰ نے اے نہیں آکھیا کہ سونیا محبوبہ تہاڈی بیٹی نے مینوں پریشان کیتا تے تاں میں مسجد اندر لیٹے ہاں، نہیں نہیں، بلکہ فرماندے نے سونے محبوب پیغمبر جی بس نیند آ گئی سی تے سوچیا میں مسجد دے اندر لیٹ جانا۔ آپ فرماندے نے علی جی اٹھو کرے چلیے کرے چلیے۔ میرے پیغمبر اپنے دماد نو لے کے تے اپنے بے بیٹی تے دماد دے کرے ٹرے جاندے نے۔ منڈے پنڈ والے ہو توانوے جدا دماد بھی نظر نہیں آئے گا تے توانوے جدا سسر بھی نظر نہیں آئے گا۔ جناب علی المرتضیٰ میرے پیغمبر نال چل دے جا رہے ہیں، آقا جدوں گھر دے اندر پہنچے نے تو جو میرے وال میرے پیغمبر اینج جناب علی المرتضیٰ بیٹھ گئے، اینج سیدہ فاطمہ تزارا رضی اللہ تعالیٰ نہ بیٹھ گئیاں۔ میرے آقا فرما دے رہے او میرے بچے او دسو نا آپس اندر لڑے کیوں سو، آپس دے اندر نراز کیوں خوئے سو۔ ہن جناب علی بول دے نہیں کدرے نبی پاک دیاں گستاخیاں نہ کھو جان، سیدہ فاطمہ بول دیاں نہیں کدرے بابا نراز دی نہ کھو جان۔ آقا فرما دے رہے ہو میرے بچے آپس اندر صلح کرو صلح کرو۔ میرے پیغمبر اپنے داماد دی تے اپنی بیٹی دی صلح کرا کے اپنے صحابہ وال مڑے جا رہے دے۔ صحابہ کہندے سونے اما بوبا اللہ نے تانوں اگے بڑا پیارا تے سونا بنایا ہے، اج ضرورت تو زیادہ ہی خوشی دے اندر جے وجہ کی ہے۔ میرے آقا فرماندے نے او میرے صحابہ میں کیوں نہ مسکراواں تے خوشی اندر آواں، اج میں دنیا دے بہترین جوڑے دی صلح کروا کے اونا پیاما، آج میں دنیا دے بہترین جوڑے دی صلح کروائیے کڈا سونا لگ دائے نام علی دا، کڈا پیارا لگ دائے نام علی دا، او کیوں پنگیاں نو من نائے غلام علی دا، او خیبر دا قلعہ جس نے گرایا حسن و حسین دا بابا کہلایا، پنگی کی جانے چرسی کی جانے مقام علی دا، او وہابی کی جانے شان علی دا۔ پنگی جان سکتا ہے جنہیں پنگاں پیڑ پنگاں جناب کوٹ کوٹ پیڑیاں نے، جنہیں چرس دے سوٹے لانے نے انہوں کی پتا ہے جناب علی دی شان دا مقام دا عظمت تے رفت دا، جناب پتا انہوں کی پتا ہوئے گا، پتا ہوئے گا جڑا دین پڑھن والا ہوئے گا۔ پیغمبر لکھی صلاة و سلام آفر میں گالنوں ہیں جناب کسے مقام تے پچاواں تے جناب کاری صاحب تکا پیغن سٹیج دباں۔ میرے محترم بھائیو میرے پیغمبر جناب محمد صلی اللہ علیہ وسلم میرے پیغمبر دی بیٹی نے پھر دکھ کنے ویکھے نے، دو مہینے چولے دے اندر آگی نہ بلیا کرنی، دو مہینے جناب غربت دے اندر ہی تین مہینے تے چار مہینے میرے پیغمبر دی بیٹی نے گزار دیڑے، ایک دن تھوڑے جے جوں ملے نے حضرت علی المرتضیٰ پیس کر کے لے کے آئے نے، سیدہ فاطمہ نو آ کر
ਕਰਕੇ ਫਰਮਾਉਂਦੇ ਨੇ ਨੀ ਫਾਤਿਮਾ ਇੰਜ ਕਰ, ਖਾਣਾ ਤਿਆਰ ਕਰ, ਖਾਣਾ ਤਿਆਰ ਕਰ। ਸੈਯਦਾ ਫਾਤਿਮਾ ਨੇ ਖਾਣਾ ਤਿਆਰ ਕੀਤਾ ਏ, ਇੰਨੀ ਦੇ ਉਹਨੂੰ ਬਾਹਰ ਦਸਤਕ ਹੋਈ ਏ, ਕੀ ਵੇਖਿਆ ਬਾਹਰ ਭੁੱਖਾ ਮਿਸਕੀਨ ਆਇਆ ਤੇ ਖਾਣਾ ਚੁੱਕ ਕੇ ਮਿਸਕੀਨ ਨੂੰ ਦੇ ਦਿੱਤਾ ਏ। ਸੈਯਦ ਨਾਲੀ ਫਰਮਾਉਂਦੇ ਨੇ ਨੀ ਫਾਤਿਮਾ ਖਾਣਾ ਤਿਆਰ ਕਰ, ਸੈਯਦਾ ਫਾਤਿਮਾ ਨੇ ਫਿਰ ਖਾਣਾ ਤਿਆਰ ਕੀਤਾ, ਇੰਨੀ ਦੇਰ ਨੂੰ ਫਿਰ ਦਸਤਕ ਹੋਈ ਏ, ਕੀ ਵੇਖਿਆ ਬਾਹਰ ਯਤੀਮ ਆਇਆ ਤੇ ਖਾਣਾ ਚੁੱਕ ਕੇ ਯਤੀਮ ਨੂੰ ਦੇ ਦਿੱਤਾ। ਸੈਯਦ ਨਾਲੀ ਫਰਮਾਉਂਦੇ ਫਾਤਿਮਾ ਫਿਰ ਖਾਣਾ ਤਿਆਰ ਕਰ, ਸੈਯਦਾ ਅੰਮਾ ਫਾਤਿਮਾ ਰਜ਼ੀ ਅੱਲਾਹੁ ਤਾਲਾ ਅਨਹਾ ਨੇ ਫਿਰ ਖਾਣਾ ਤਿਆਰ ਕੀਤਾ, ਸੈਯਦ ਨੀ ਦੇਰ ਨੂੰ ਫਿਰ ਦਸਤਕ ਹੋਈ ਏ, ਕੀ ਵੇਖਿਆ ਜਨਾਬ ਬਾਹਰ ਕੈਦੀ ਆਇਆ ਤੇ ਖਾਣਾ ਚੁੱਕ ਕੇ ਭੁੱਖੇ ਕੈਦੀ ਨੂੰ ਖਵਾ ਦਿੱਤਾ। ਅੱਲਾ ਫਰਮਾਉਂਦੇ ਹੋਣਗੇ, ਇਹ ਮੇਰੇ ਨਬੀ ਦੀ ਧੀਏ ਫਾਤਿਮਾ, ਤੂੰ ਖਾਣਾ ਪਕਾਉਂਦੀ ਜਾ, ਖਿਲਾਉਂਦੀ ਜਾ, ਮੈਂ ਅਰਸ਼ਾਂ ਤੇ ਕੁਰਾਨ ਦੀਆਂ ਤਾਂ ਬਣਾਉਂਦਾ ਜਾਂਦਾ ਵਾਂ। ਸੁਭਾਨ ਅੱਲਾ। ਇਧਰੋਂ ਜਨਾਬ ਸੈਯਦ ਨਾਲੀ ਫਰਮਾਉਂਦੇ ਨੇ ਨੀ ਫਾਤਿਮਾ ਖਾਣਾ ਤਿਆਰ ਕਰ, ਸੈਯਦਾ ਫਾਤਿਮਾ ਰੋ ਕਰਕੇ ਫਰਮਾਉਂਦੀਆਂ ਨੇ, ਅਲੀ ਜੀ ਜਿਹੜਾ ਘਰ ਦਾ ਰਾਸ਼ਨ ਤੇ ਸਮਾਨ ਸੀ ਉਹ ਤੇ ਸਾਰਾ ਹੀ ਅੱਲਾ ਦੇ ਰਸਤੇ ਅੰਦਰ ਤਕਸੀਮ ਹੋ ਗਿਆ। ਸੈਯਦ ਨਾਲੀ ਫਜਰ ਦੀ ਨਮਾਜ਼ ਪੜ੍ਹਨ ਵਾਸਤੇ ਮਸਜਿਦ ਨਬੀ ਦੇ ਅੰਦਰ ਮੁੜੇ ਜਾ ਰਹੇ ਨੇ ਤੇ ਅੱਲਾ ਤਾਲਾ ਨੇ ਸਾਰੀ ਕਾਰਵਾਈ ਜਿਬਰੀਲ ਦੇ ਜ਼ਰੀਏ ਮੇਰੇ ਪੈਗੰਬਰ ਤੱਕ ਬਿਆਨ ਫਰਮਾ ਦਿੱਤੀ ਏ। ਜਨਾਬੇ ਅਲੀ ਆਏ ਨੇ, ਮੇਰੇ ਪੈਗੰਬਰ ਨੇ ਸੈਯਦ ਨਾਲੀ ਉਲ ਮੁਰਤਜ਼ਾ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ, ਮੇਰੇ ਪੈਗੰਬਰ ਇੰਜ ਕਰਕੇ ਮੁਹੱਬਤ ਦਾ ਕਲਾਵਾ ਬੁਲੰਦ ਕਰ ਲੈਂਦੇ ਨੇ। ਆਪ ਫਰਮਾਉਂਦੇ ਨੇ, ਅਲੀ ਮੇਰੇ ਕਰੀਬ ਆ ਜਾ, ਮੇਰੇ ਕਰੀਬ ਆ ਜਾ, ਰਾਤ ਦੀ ਤੇਰੀ ਸਖਾਵਤ ਵੇਖ ਕਰਕੇ, ਮੇਰੀ ਬੇਟੀ ਦਾ ਸਬਰ ਵੇਖ ਕਰਕੇ, ਅੱਲਾ ਤਾਲਾ ਨੇ ਕਿਆਮਤ ਦੀਆਂ ਕੰਧਾਂ ਤੱਕ ਵਾਸਤੇ ਤੁਹਾਡਾ ਦੂਮਾ ਜਿਹੀਆਂ ਦਾ ਜ਼ਿਕਰ ਆਪਣੇ ਕੁਰਾਨ ਦੇ ਅੰਦਰ ਕਰ ਦਿੱਤਾ ਹੈ। ਵਯੁਤਇਮੂਨਤ ਆਮਾ ਅਲਾ ਹੁਬਿਹੀ ਮਿਸਕੀਨੌ ਵਯਤੀਮੌ ਵਅਸੀਰਾ। ਕਿਆਮਤ ਦੀਆਂ ਕੰਧਾਂ ਤੱਕ ਵਾਸਤੇ ਤਰਬੀਅਤ ਦਾ ਅਸਰ, ਜ਼ਿਕਰ ਹੋਇਆ ਮੇਰੇ ਨਬੀ ਦੀ ਬੇਟੀ ਦਾ, ਜ਼ਿਕਰ ਹੋਇਆ ਜਨਾਬੇ ਅਲੀਉਲ ਮੁਰਤਜ਼ਾ ਰਜ਼ੀ ਅੱਲਾਹੁ ਤਾਲਾ ਅਨਹੁ ਦਾ। ਮੇਰੇ ਸੋਹਣਿਓ, ਫਿਰ ਫਾਤਿਮਾ ਨੇ ਦੁੱਖ ਕਿੰਨੇ ਵੇਖੇ ਨੇ, ਆਪਣੇ ਬਾਪ ਦੀ ਦੁਨੀਆਂ ਤੋਂ ਜੁਦਾਈ ਦਾ ਸਦਮਾ ਵੀ ਵੇਖਿਆ, ਮੇਰੇ ਪੈਗੰਬਰ ਦੀ ਦੁਨੀਆਂ ਤੋਂ ਮੌਤੇ ਪਾਕ ਦਾ ਸਦਮਾ ਵੀ ਦੇਖਿਆ, ਮੇਰੇ ਪੈਗੰਬਰ ਦਾ ਆਖਰੀ ਵਕਤ ਹੈ। ਆਪਨੇ ਫਰਮਾਇਆ, ਆਇਸ਼ਾ ਜ਼ਰਾ ਮੇਰੀ ਧੀ ਫਾਤਿਮਾ ਨੂੰ ਤੇ ਬੁਲਾ ਕੇ ਲੈ ਕੇ ਆ। ਜਾਣਦੇ ਹੋ, ਜਦੋਂ ਬੰਦਾ ਮਰਗ ਦੇ ਬਿਸਤਰ ਤੇ ਪਿਆ ਹੋਵੇ ਤੇ ਆਪਣੇ ਆਪ ਨੂੰ ਯਾਦ ਕਰ ਕਰਕੇ ਰੋਂਦਾ ਏ, ਆਪਣੇ ਆਪ ਪੁੱਤਾਂ ਨੂੰ ਯਾਦ ਕਰ ਕਰਕੇ ਰੋਂਦਾ ਏ, ਆਪਣੀਆਂ ਬੇਟੀਆਂ ਤੇ ਪੋਤਿਆਂ ਤੇ ਦੋਤਿਆਂ ਨੂੰ ਯਾਦ ਕਰ ਕਰਕੇ ਰੋਂਦਾ ਹੈ। ਮੇਰੇ ਪੈਗੰਬਰ ਤੇ ਮੌਤ ਦਾ ਵਕਤ ਗਰੀਬ ਏ। ਆਪ ਫਰਮਾਉਂਦੇ ਨੇ, ਨੀ ਆਇਸ਼ਾ ਪਿਆਰੀਏ, ਮੇਰੀ ਧੀ ਫਾਤਿਮਾ ਨੂੰ ਤੇ ਆਵਾਜ਼ ਮਾਰ ਕੇ ਲੈ ਕੇ ਆ। ਸੈਯਦਾ ਫਾਤਿਮਾ ਤੁਜ਼ਾਰਾ ਰਜ਼ੀ ਅੱਲਾਹੁ ਤਾਲਾ ਅਨਹਾ ਚਲਦੇ ਆ ਗਈਆਂ, ਜਨਾਬੇ ਹਸਨੋ ਹੁਸੈਨ ਆ ਗਏ ਮੇਰੇ ਪੈਗੰਬਰ ਅੱਗੇ ਤੇ ਆਪਣੀਆਂ ਧੀਆਂ ਦਾ ਉੱਠ ਕੇ ਇਸਤਿਕਬਾਲ ਕਰਿਆ ਕਰਦੇ ਸਨ। ਹੁਣ ਲੋਕੋ, ਅੱਜ ਉੱਚੇ ਨਬੀ ਨੂੰ ਕਮਜ਼ੋਰੀਆਂ ਇੰਨੀਆਂ ਹੋ ਗਈਆਂ ਨੇ, ਮੇਰੇ ਪੈਗੰਬਰ ਕੋਲ ਉੱਠਿਆ ਵੀ ਨਹੀਂ ਜਾ ਰਿਹਾ। ਸੈਯਦਾ ਫਾਤਿਮਾ ਦੌੜ ਕਰਕੇ ਨਬੀ ਪਾਕ ਕੋਲ ਆ ਗਈਆਂ, ਮੇਰੇ ਪੈਗੰਬਰ ਲਿਖੀ ਸਲਾਮ ਦੇ ਸਰ ਮੁਬਾਰਕ ਤੇ ਜਨਾਬ ਆਪਣਾ ਹੱਥ ਰੱਖਦੀਆਂ ਨੇ ਤੇ ਨਾਲ ਕਹਿੰਦੀਆਂ, ਲੋਗੋ ਮੇਰੇ ਅੱਬੂ ਜਾਨ ਨੂੰ ਅੱਜ ਕਿੰਨੀ ਤਕਲੀਫ ਏ। ਬਾਹਰ ਬੰਦਾ ਕੋ ਦਰਵਾਜ਼ਾ ਖੜਕਾ ਰਿਹਾ, ਬੋਲਦਾ ਵੀ ਨਹੀਂ ਤੇ ਨਜ਼ਰ ਵੀ ਨਹੀਂ ਆਉਂਦਾ। ਅੰਮਾ ਫਰਮਾਉਂਦੀਆਂ ਨੇ, ਅੱਬਾ ਜੀ ਪਤਾ ਨਹੀਂ ਕੋ ਅਰਾਬੀ ਏ ਜਾਂ ਕੋ ਸਹਾਬੀ ਤੁਹਾਡਾ ਪਤਾ ਲੈਣ ਆਇਆ। ਇੱਧਰ ਜਨਾਬੇ ਜਿਬਰਾਈਲ ਬੈਠੇ ਨੇ, ਯਾਰ ਸੋਹਣੇ ਅੰਮਾ ਬੂਬਾ ਏ ਆਮ ਨਹੀਂ ਆਇਆ, ਅੱਜ ਮਲਾਕੁਲ ਮੌਤ ਆਇਆ। ਗੱਲ ਮੁਕਤਸਰ, ਮੇਰੇ ਆਕਾ ਫਰਮਾਉਂਦੇ ਨੇ, ਆਸ਼ਾ ਮੈਨੂੰ ਉਠਾ ਕੇ ਤੇ ਬਿਠਾ ਦਿੱਤਾ ਜਾਏ। ਰਵਾਇਤ ਸਹੀ ਉਲ ਬੁਖਾਰੀ ਅੰਦਰ, ਬਈ ਨਾ ਸਾਹਰੀ ਵਾ ਨਾ ਹਰੀ। ਅੰਮਾ ਫਰਮਾਉਂਦੀਆਂ ਨੇ, ਜਦੋਂ ਨਬੀ ਪਾਕ ਨੇ ਦੁਨੀਆਂ ਛੱਡੀ ਏ, ਘਰ ਵੀ ਮੇਰਾ ਸੀ ਤੇ ਗੋਦ ਵੀ ਮੇਰੀ ਸੀ, ਮੈਂ ਆਪਣੀ ਗੋਦ ਅੰਦਰ ਆਪਣੇ ਪੈਗੰਬਰ ਨੂੰ ਜਨਾਬ ਲਟਾਇਆ, ਮੇਰੇ ਪੈਗੰਬਰ ਦਾ ਸਾਹਸ ਮੁਬਾਰਕ ਮੁਸ਼ਕਲ ਹੁੰਦਾ ਤੇ ਆਪ ਫਰਮਾਉਂਦੇ, ਆਇਸ਼ਾ ਮੈਨੂੰ ਉਠਾ ਕੇ ਬਿਠਾ ਦਿੱਤਾ ਜਾਏ। ਨਾਲ ਚਿਹਰਾ ਅਸਮਾਨਾਂ ਵੱਲ ਮੇਰੇ ਪੈਗੰਬਰ ਦਾ, ਆਪ ਬਾਰ ਬਾਰ ਇਲਫਾ
ਬਾਅਦ ਬੋਲਦੇ ਨੇ ਅੱਲਾਹੁਮਮਗਫਿਰਲੀ ਅੱਲਾ ਮੈਨੂੰ ਮਾਫ ਕਰ ਦੇ। ਨਾਲ ਨਬੀ ਪਾਕ ਨੇ ਤੀ ਦੂਸਰੇ ਜੁਮਲੇ ਬੋਲੇ ਨੇ ਅੱਲਾਹੁਮਮਬਿਰਰਫੀਕਿਲ ਆਲਾ। ਆਹਾ ਮੈਂ ਆਪਣੇ ਆਲਾ ਰੱਬ ਦੀਆਂ ਮੁਲਾਕਾਤਾਂ ਅੰਦਰ ਜਾ ਰਿਹਾ। ਉਹ ਸੁਣਿਓ ਕੌਣ ਦੁਨੀਆਂ ਤੋਂ ਜਾ ਰਿਹਾ? ਪੂਰੀ ਕਾਇਨਾਤ ਦਾ ਇਮਾਮ ਦੁਨੀਆਂ ਤੋਂ ਜਾ ਰਿਹਾ ਹੈ। ਕੌਣ ਦੁਨੀਆਂ ਤੋਂ ਜਾ ਰਿਹਾ ਹੈ? ਅੱਲਾ ਤਾਲਾ ਨੇ ਜਿਨ੍ਹਾਂ ਦੇ ਸੀਨੇ ਪਾਕ ਦੇ ਤੀ ਪਾਰਿਆਂ ਨੂੰ ਨਾਜ਼ਲ ਕੀਤਾ, ਉਹ ਸੋਹਣਾ ਦੁਨੀਆਂ ਛੱਡ ਕੇ ਜਾ ਰਿਹਾ ਦੇ। ਮੇਰੇ ਪੈਗੰਬਰ ਅੰਮਾ ਫਰਮਾਉਂਦੀਆਂ ਨੇ ਨਾ ਬੈਠੇ ਨੇ ਨਾ ਲੇਟੇ ਨੇ, ਬਸ ਦਰਮਿਆਨ ਦੇ ਅੰਦਰ। ਇਸ ਤੋਂ ਪਹਿਲੇ ਅੰਮਾ ਇਸ਼ ਫਰਮਾਉਂਦੀਆਂ ਨੇ ਸੈਯਦਾ ਫਾਤਿਮਾ ਆਪਣੀ ਬੇਟੀ ਨਬੀ ਪਾਕ ਬੁਲਾਇਆ। ਆਪਨੇ ਬੁਲਾ ਕਰਕੇ ਦੋ ਗੱਲਾਂ ਕੀਤੀਆਂ, ਦੋ ਗੱਲਾਂ ਜਿਹੜੀਆਂ ਸੈਯਦਾ ਫਾਤਿਮਾ ਨੂੰ ਅੰਮਾ ਇਸ਼ਾ ਨੇ ਆਪ ਦੀ ਵਫਾਤ ਪਾਕ ਤੋਂ ਬਾਅਦ ਪੁੱਛੀਆਂ। ਇੱਕ ਗੱਲ ਤੇ ਇਹ ਨਬੀ ਪਾਕ ਨੇ ਕੀਤੀ ਕਿ ਫਾਤਿਮਾ ਬਹੁਤਾ ਪਰੇਸ਼ਾਨ ਨਾ ਹੋਵੀਂ, ਹੁਣ ਮੇਰੀਆਂ ਤੇਰੀਆਂ ਜੁਦਾਈਆਂ ਦਾ ਵਕਤ ਆ ਗਿਆ ਹੈ। ਦੂਸਰੀ ਬਾਤ ਇਹ ਕੀਤੀ ਹੈ, ਮੇਰੀ ਧੀਆ ਫਾਤਿਮਾ ਸਾਰਿਆਂ ਨਾਲੋਂ ਪਹਿਲਾਂ ਪੂਰੇ ਖਾਨਦਾਨ ਵਿੱਚੋਂ ਤੂੰ ਮੈਨੂੰ ਆ ਕੇ ਪਹਿਲਾਂ ਮਿਲੇਗੀ ਮੇਰੇ ਮੁਹਤਰਮ ਬਾਈਓ। ਨਾਲ ਹੀ ਆਪ ਫਰਮਾਉਂਦੇ ਨੇ ਜਿਬਰੀਲ ਆਇਆ ਹੈ, ਇਹ ਮੇਰੀ ਬੇਟੀ ਫਾਤਿਮਾ ਤੇਰਾ ਖਿਆਲ ਤੇ ਗੈਰਤ ਵੇਖ ਕੇ। ਜਿਬਰੀਲ ਨੇ ਵੀ ਮੈਨੂੰ ਪੈਗਾਮ ਦਿੱਤਾ, ਸੋਹਣਿਆ ਮਹਬੂਬਾ ਅੱਲਾ ਨੇ ਤੁਹਾਡੀ ਬੇਟੀ ਫਾਤਿਮਾ ਦਾ ਹਯਾ ਤੇ ਗੈਰਤ ਵੇਖ ਕੇ ਜੰਨਤ ਦੀਆਂ ਸਾਰੀਆਂ ਔਰਤਾਂ ਦੀ ਸਰਦਾਰ ਤੁਹਾਡੀ ਬੇਟੀ ਫਾਤਿਮਾ ਨੂੰ ਬਣਾ ਦਿੱਤਾ ਹੈ। ਸੁਭਾਨ ਅੱਲਾ। ਇਧਰੋਂ ਮੇਰੇ ਪੈਗੰਬਰ ਦੇ ਸਾਹ ਪੂਰੇ ਹੋ ਗਏ ਨੇ, ਇੰਨਾ ਲਿਲਾ ਕੇ ਵਾਇਨਾ ਲਈ ਕੇ ਰਾਜੂਨ। ਅੰਮਾ ਫਰਮਾਉਂਦੀਆਂ ਨੇ, ਅੰਮਾ ਆਇਸ਼ਾ ਫਰਮਾਉਂਦੀਆਂ ਨੇ ਨਬੀ ਪਾਕ ਦੇ ਜਿਸਮ ਦਾ ਵਜ਼ਨ ਮੁਬਾਰਕ ਜੇ ਮੇਰੇ ਜਿਸਮ ਤੇ ਆ ਗਿਆ, ਮੈਂ ਜਲਦੀ ਦੇ ਨਾਲ ਕਾਲ ਨਾਲ ਨਬੀ ਪਾਕ ਨੂੰ ਲਟਾਇਆ ਤੇ ਜਦੋਂ ਮੈਂ ਗੌਰ ਨਾਲ ਵੇਖਿਆ ਵਾ ਤੇ ਮੈਨੂੰ ਯਕੀਨ ਹੋ ਗਿਆ ਕਿ ਅੱਜ ਫਾਤਿਮਾ ਯਤੀਮ ਹੋ ਗਈ ਹੈ। ਮੈਂ ਦੌੜ ਕੇ ਮਸਜਿਦ ਨਬੀ ਦੇ ਦਰਵਾਜ਼ੇ ਤੇ ਪਹੁੰਚੀਆਂ ਵੇ ਨਬੀ ਦੀ ਖਾਤਰ ਆਪਣਾ ਤਨ ਮਨ ਧਨ ਕੁਰਬਾਨ ਕਰਨ ਵਾਲਿਓ, ਅੱਜ ਤੁਹਾਡੇ ਨਬੀ ਫੌਤ ਹੋ ਗਏ ਨੇ। ਮੇਰੇ ਸੋਹਣਿਓ ਦੱਸਣ ਦਾ ਮਕਸਦ ਇਹ ਵੇ ਨਬੀ ਪਾਕ ਦੀ ਵਫਾਤ ਪਾਕ ਤੇ ਫਾਤਿਮਾ ਨੇ ਇੱਕ ਦੋ ਗੱਲਾਂ ਕੀਤੀਆਂ ਨੇ ਜਿਹਨੇ ਪੂਰੀ ਜਨਾਬ ਮੇਰੇ ਪੈਗੰਬਰ ਦੀ ਉਮਤ ਨੂੰ ਰਵਾ ਦਿੱਤਾ। ਇੱਕ ਤੇ ਬਾਤ ਕੀਤੀ ਹੈ, ਹਾਏ ਹਾਏ ਮੇਰੇ ਅੱਬੂ ਜਾਨ ਮੁਹੰਮਦੁਰ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੁਨੀਆ ਤੋਂ ਚਲੇ ਗਏ ਨੇ। ਹਾਏ ਮੇਰੇ ਅੱਬੂ ਦੀ ਵਫਾਤ ਪਾਕ ਦਾ ਪਤਾ ਸਾਰਿਆਂ ਨੂੰ ਸ਼ਰਕੋ ਗਰਬ ਦੇ ਅੰਦਰ ਲੱਗ ਗਿਆ। ਹਾਏ ਉਸ ਵਹੀ ਵਾਲੇ ਫਰਿਸ਼ਤੇ ਨੂੰ ਕੌਣ ਦੱਸੇ ਜਿਹੜਾ ਜਿਬਰੀਲ ਸੁਬੋ ਸ਼ਾਮ ਮੇਰੇ ਅੱਬੂ ਤੇ ਵਹੀ ਲੈ ਕੇ ਆਉਂਦਾ ਸੀ, ਉਹਨੂੰ ਕੌਣ ਦੱਸੇ ਕਿ ਮੇਰੇ ਅੱਬੂ ਦੁਨੀਆਂ ਤੋਂ ਚਲੇ ਗਏ ਨੇ। ਜਿਬਰੀਲ ਜਿਸ ਮੇਰੇ ਅੱਬੂ ਜਾਨ ਮੁਹੰਮਦ ਤੇ ਤੂੰ ਵਹੀ ਲੈ ਕੇ ਆਉਂਦਾ ਸੀ, ਅੱਜ ਮੇਰੇ ਅੱਬੂ ਫੌਤ ਹੋ ਗਏ ਨੇ ਸੱਲੱਲਾਹੁ ਅਲੈਹਿ ਵਸੱਲਮ। ਇਹ ਬੇਟੀ ਦਾ ਤੇ ਬਾਪ ਦਾ ਪਿਆਰ, ਸੈਯਦਾ ਫਾਤਿਮਾ ਆਪਣੇ ਬਾਪਾ ਮੁਹੰਮਦ ਤੋਂ ਬਾਅਦ 6 ਮਹੀਨੇ ਜ਼ਿੰਦਾ ਰਹੀਆਂ ਨੇ ਸੱਲੱਲਾਹੁ ਅਲੈਹਿ ਵਸੱਲਮ। ਕਿਸੇ ਵੀ ਫਾਤਿਮਾ ਨਬੀ ਦੀ ਬੇਟੀ ਨੂੰ ਕਿਸੇ ਨੇ ਮੁਸਕਰਾਉਂਦਿਆਂ ਆਪਣਾ ਜਾਬਾ ਜਾਮਦੀ ਵਫਾਤ ਤੋਂ ਬਾਅਦ ਨਹੀਂ ਦੇਖਿਆ। ਅੱਜ ਫਾਤਿਮਾ ਤੇ ਵੀ ਮੌਤ ਦਾ ਵਕਤ ਆਇਆ। ਸੁਣਿਓ ਤੁਸੀਂ ਵੀ ਮੌਤ ਦੀ ਤਿਆਰੀ ਕਰੋ ਤੇ ਮੈਂ ਵੀ ਮੌਤ ਦੀ ਤਿਆਰੀ ਕਰਾਂ। ਮੈਂ ਦੁਆ ਕਰਨਾ ਅੱਲਾ ਜਿਹੜੀ ਸਾਡੀ ਜ਼ਿੰਦਗੀ ਦੀ ਆਖਰੀ ਨਮਾਜ਼ ਹੋਣੀ ਹੈ, ਅੱਲਾ ਉਹ ਵੀ ਸਾਨੂੰ ਜਮਾਤ ਨਾਲ ਪੜ੍ਹਨੀ ਨਸੀਬ ਫਰਮਾ। ਅੱਲਾ ਜਦੋਂ ਆਖਰੀ ਆਵੇ ਸਾਲਾ ਉਹ ਪੜਾਲਾ ਇਲਾਹਾ ਇਲੱਲਾ। ਸੁਣਿਓ ਜੇ ਨਹੀਂ ਯਕੀਨ ਹੁੰਦਾ ਤੇ ਆਪਣੇ ਕਬਰਸਤਾਨਾਂ ਦਾ ਚੱਕਰ ਮਾਰ ਕੇ ਵੇਖੋ। ਤੁਹਾਨੂੰ ਕਬਰਾਂ ਦੇ ਅੰਦਰ 50-50 ਸਾਲਾਂ ਦੀਆਂ ਪੁਰਾਣੀਆਂ ਕਬਰਾਂ ਨਜ਼ਰ ਆ ਜਾਣਗੀਆਂ, 20-20 ਸਾਲਾਂ ਦੀਆਂ ਪੁਰਾਣੀਆਂ ਕਬਰਾਂ ਨਜ਼ਰ ਆ ਜਾਣਗੀਆਂ। ਤੁਹਾਨੂੰ ਕਬਰਾਂ ਦੇ ਅੰਦਰ ਉਹ ਸੋਹਣਿਓ ਬੜਿਆਂ ਬੜਿਆਂ ਦਾ ਹੁਸਨ ਮਿੱਟੀ ਦੇ ਨਾਲ ਮਿੱਟੀ ਹੋਇਆ ਪਿਆ ਨਜ਼ਰ ਆ ਜਾਏਗਾ। ਤੁਹਾਨੂੰ ਕਬਰਾਂ ਦੇ ਅੰਦਰ ਬੜਿਆਂ ਬੜਿਆਂ ਦੀ ਚੁਦਰਾ ਮਿੱਟੀ ਨਾਲ ਮਿੱਟੀ ਹੋਈ ਪਈ ਨਜ਼ਰ ਆ ਜਾਏਗੀ। ਤੁਹਾਨੂੰ ਬੜਿਆਂ ਬੜਿਆਂ ਦਾ ਤਕੱਬਰ ਮਿੱਟੀ ਦੇ ਨਾਲ ਮਿੱਟੀ ਹੋਇਆ ਪਿਆ ਨਜ਼ਰ ਆ ਜਾਏਗਾ। ਸੋਹਣਿਓ ਜਿਨ੍ਹਾਂ ਦਾ ਦੁਨੀਆਂ ਦਾ
ਦੁਨੀਆਂ ਤੇ ਤੋਤੀ ਬੋਲਦਾ ਸੀ, ਅੱਜ ਕਬਰ ਦੇ ਨਿਸ਼ਾਨ ਵੀ ਨਜ਼ਰ ਨਹੀਂ ਆਉਂਦੇ। ਅੱਜ ਕਬਰ ਦੇ ਨਿਸ਼ਾਨ ਵੀ ਉਸ ਪਰਵਰਦਿਗਾਰ ਨੇ ਮਿਟਾ ਕੇ ਰੱਖ ਦਿੱਤੇ ਨੇ। ਇਸੇ ਵਾਸਤੇ ਤੇ ਮੈਂ ਕਹਿਣਾ ਚਾਹਨਾ, ਇੱਕ ਰੋਜ਼ ਮੂਮਿਨੋ ਤੁਮੇ ਮਰਨਾ ਜ਼ਰੂਰ ਖੈ, ਇੱਕ ਰੋਜ਼ ਮੂਮਿਨੋ ਤੁਮੇ ਮਰਨਾ ਜ਼ਰੂਰ ਖੈ, ਪੜ੍ਹਤੇ ਰਹੋ ਨਮਾਜ਼ੀ ਕੌਲੇ ਰਸੂਲ ਖੈ, ਉਹ ਪੜ੍ਹਤੇ ਰਹੋ ਨਮਾਜ਼ ਤੋਂ ਚਿਹਰੇ ਪੇ ਨੂਰ ਖੈ। ਮੈਂ ਅੱਲਾ ਦੀ ਕਸਮ ਉਠਾ ਕੇ ਕਹਿੰਦਾ ਵਾ, ਓਏ ਮੁੰਡੇ ਪਿੰਡ ਵਾਲਿਓ, ਦੁਨੀਆਂ ਦੀ ਕਿਸੇ ਕੋਲ ਕਰੀਮ ਅੰਦਰ ਹੁਸਨ ਨਹੀਂ ਜਿਹੜਾ ਅੱਲਾ ਦੇ ਵੁਜ਼ੂ ਦੇ ਪਾਣੀ ਅੰਦਰ ਹੁਸਨ ਰੱਖਿਆ। ਮੇਰੇ ਤੇਰੇ ਚਿਹਰੇ ਤੇ ਵੁਜ਼ੂ ਦਾ ਪਾਣੀ ਲੱਗੇਗਾ, ਅੱਲਾ ਮੇਰੇ ਤੇਰੇ ਚਿਹਰੇ ਨੂੰ ਹੁਸਨ ਅਤਾ ਕਰੇਗਾ। ਲਓ ਸੌ ਹੱਥ ਰੱਸਾ ਤੇ ਸਿਰੇ ਤੇ ਗੰਢ, ਮਾਂ ਫਾਤਿਮਾ ਤੇ ਵੀ ਅੱਜ ਮੌਤ ਦਾ ਵਕਤ ਆਇਆ। ਸੈਯਦਾ ਫਾਤਿਮਾ ਨੇ ਆਪਣੇ ਖਾਮਦ ਅਲੀ ਨੂੰ ਬੁਲਾ ਕਰਕੇ ਫਰਮਾਇਆ, ਸੈਯਦਾ ਫਾਤਿਮਾ ਫਰਮਾਉਂਦੀਆਂ ਨੇ, ਅਲੀ ਜੀ ਵੇਖੋ ਨਾ, ਮੇਰਾ ਤੁਹਾਡਾ ਇੰਨਾ ਵਕਤ ਦੁਨੀਆਂ ਤੇ ਨਕਾਬ ਦਾ ਪੀਰੀਅਡ ਗੁਜ਼ਰਿਆ, ਹਜ਼ਰਤ ਵਜੋ ਮੇਰੇ ਵੱਲ ਕਰੋ, ਮੈਂ ਆਖਰੀ ਬਾਤਾਂ ਕਰਾਂ। ਅੰਮਾ ਫਰਮਾਉਂਦੀਆਂ ਨੇ, ਇਹ ਮੇਰੇ ਸਰਤਾਜ ਅਲੀ ਜੀ, ਇਸ ਨਕਾਬ ਦੇ ਪੀਰੀਅਡ ਦੇ ਅੰਦਰ, ਇਸ ਨਕਾਬ ਦੇ ਪੀਰੀਅਡ ਦੇ ਅੰਦਰ ਜੇ ਮੈਂ ਮੁਹੰਮਦ ਦੀ ਧੀ ਕੋਲੋਂ ਸੱਲੱਲਾਹੁ ਅਲੈਹਿ ਵਸੱਲਮ ਬੀਵੀ ਹੋਣ ਦੇ ਨਾਤੇ ਜੇ ਕੋਲ ਮੇਰੇ ਕੋਲੋਂ ਵਾਧਾ ਘਾਟਾ ਹੋਇਆ ਹੋਵੇ, ਇਹ ਮੇਰੇ ਸਰਤਾਜ ਅਲੀ ਜੀ ਤੇ ਅੱਲਾ ਵਾਸਤੇ ਮੈਨੂੰ ਮਾਫ ਕਰ ਦੇ। ਅਜੇ ਸੈਯਦ ਨਾਲੀ ਫਰਮਾਉਂਦੇ ਨੇ, ਨੀ ਫਾਤਿਮਾ ਕਿਹੋ ਜਿਹੀ ਗੱਲ ਕੀਤੀ ਏ, ਵੇਖਣਾ ਮੈਨੂੰ ਕਦੀ ਖਾਣ ਨੂੰ ਲੱਭ ਜਾਂਦਾ ਸੀ ਤੇ ਕਦੀ ਖਾਣ ਨੂੰ ਨਹੀਂ ਸੀ ਲੱਭਦਾ। ਤੂੰ ਤੇ ਉੱਚੇ ਨਬੀ ਦੀ ਬੇਟੀ ਸੈਂ, ਤੂੰ ਤੇ ਉੱਚੇ ਪੈਗੰਬਰ ਦੀ ਬੇਟੀ ਸੈਂ, ਫਾਤਿਮਾ ਤੂੰ ਵੀ, ਅਗਰ ਮੈਂ ਭੁੱਖਾ ਸੌਂ ਜਾਂਦਾ ਸਾਂ ਤੇ ਤੂੰ ਵੀ ਮੇਰੇ ਨਾਲ ਭੁੱਖੀ ਸੌਂ ਜਾਂਦੀ ਸੈਂ। ਫਾਤਿਮਾ ਮੈਂ ਤੇਰੀ ਅਜ਼ਮਤ ਨੂੰ ਸਲਾਮ ਕਰਨਾ ਵਾ, ਫਾਤਿਮਾ ਤੂੰ ਅੱਜ ਤੱਕ ਮੇਰਾ ਕਦੀ ਗਿਲਾ ਹੀ ਨਹੀਂ ਸੀ ਕੀਤਾ, ਤੂੰ ਤੇ ਕਦੀ ਮੇਰਾ ਸ਼ਿਕਵਾ ਹੀ ਨਹੀਂ ਸੀ ਕੀਤਾ। ਫਾਤਿਮਾ ਰੋ ਕਰਕੇ ਫਰਮਾਉਂਦੀਆਂ ਨੇ, ਮੇਰੇ ਸਰਤਾਜ ਅਲੀ ਜੀ ਵੇਖੋ ਨਾ, ਮੈਂ ਤੁਹਾਡਾ ਭਲਾ ਗਿਲਾ ਕਿਵੇਂ ਕਰ ਸਕਦੀ ਸਾਂ ਜਦੋਂ ਮੇਰੇ ਅੱਬੂ ਜਾਨ ਨੇ ਤੁਹਾਡੇ ਨਾਲ ਮੈਨੂੰ ਟੋਰਿਆ ਸੀ ਸੱਲੱਲਾਹੁ ਅਲੈਹਿ ਵਸੱਲਮ। ਮੇਰੇ ਅੱਬੂ ਜਾਨ ਨੇ ਤੇ ਇੱਕ ਗੱਲ ਸਮਝਾਈ ਸੀ, ਫਾਤਿਮਾ ਮੇਰਾ ਅਲੀ ਬੜਾ ਕਮਜ਼ੋਰ ਜਿਹਾਈ ਤੇ ਮੇਰੇ ਅਲੀ ਨੂੰ ਤੰਗ ਨਾ ਕਰਿਆ ਕਰੀ। ਅਲੀ ਜੀ ਮੈਂ ਤੁਹਾਡੇ ਵਿਹੜੇ ਦੇ ਅੰਦਰ ਆਪਣੀ ਜਾਨ ਤੇ ਦੇ ਸਕਨੀ ਆਂ, ਲੇਕਿਨ ਆਪਣੇ ਅੱਬੂ ਜਾਨ ਦੀ ਨਾ ਫਰਮਾਨੀ ਨਹੀਂ ਕਰ ਸਕਦੀ। ਸੈਯਦਾ ਫਾਤਿਮਾ ਇੱਕ ਦੋ ਨਸੀਹਤਾਂ ਕਰਦੀਆਂ ਨੇ, ਫਰਮਾਉਂਦੀਆਂ ਨੇ, ਅਲੀ ਜੀ ਵੇਖੋ ਨਾ, ਮੈਨੂੰ ਹੁਣ ਪਤਾ ਲੱਗਦਾ ਕਿ ਮੇਰਾ ਮੌਤ ਦਾ ਵਕਤ ਕਰੀਬ ਕਰੀਬ ਹੈ, ਜੇ ਮੇਰੀ ਮੌਤ ਹੋ ਜਾਵੇ ਤੇ ਇੱਕ ਦੋ ਮੇਰੀਆਂ ਗੱਲਾਂ ਮੰਨ ਲਿਆ ਜੇ, ਇੱਕ ਤੇ ਮੇਰਾ ਜਨਾਜ਼ਾ ਰਾਤ ਦੀਆਂ ਤਾਰੀਖੀਆਂ ਦੇ ਅੰਦਰ ਉਠਾਉਣਾ ਹੈ, ਦੂਸਰੇ ਨੰਬਰ ਤੇ ਅਲੀ ਜੀ ਮੈਨੂੰ ਕਫਨ ਵੀ ਆਪ ਦੇਣਾ ਜੇ ਤੇ ਮੈਨੂੰ ਗੁਸਲ ਵੀ ਆਪ ਦੇਣਾ ਜੇ, ਪਤਾ ਲੱਗਾ ਬੀਬੀ ਫੌਤ ਹੋ ਜਾਵੇ ਤੇ ਖਾਵੰਦ ਗੁਸਲ ਦੇ ਸਕਦਾ, ਖਾਵੰਦ ਫੌਤ ਹੋ ਜਾਵੇ ਤੇ ਬੀਬੀ ਗੁਸਲ ਦੇ ਸਕਦੀ ਏ। ਮੇਰੇ ਮੋਹਤਰਮ ਬਾਈਓ, ਇੱਥੇ ਕਹਿੰਦੇ ਨੇ ਨਕਾਹ ਟੁੱਟ ਗਿਆ, ਨਕਾਹ ਟੁੱਟ ਗਿਆ, ਬੰਦਾ ਫੌਤ ਹੋ ਜਾਏ ਤੇ ਬੀਬੀ ਦੀ ਮਈਅਤ ਤੇ ਜਨਾਬ ਉਹਦੀ ਮਈਅਤ ਦੇ ਤੇ ਉਹਦੀ ਮੰਜੀ ਤੇ ਚਾਰ ਪਾਈ ਦੇ ਲਾਗੇ ਨਾ ਆਵੇ, ਜੇ ਬੀਬੀ ਫੌਤ ਹੋ ਗਈ ਏ ਤੇ ਬੰਦੇ ਦੀ ਮਈਅਤ ਦੇ ਚਾਰ ਪਾਈ ਦੇ ਲਾਗੇ ਨਾ ਆਵੇ। ਅਖੇ ਕੀ ਹੈ ਜੀ, ਨਕਾਹ ਟੁੱਟ ਗਿਆ, ਇਹ ਬੰਦਾ ਮਰ ਗਿਆ ਤੇ ਨਕਾਹ ਟੁੱਟ ਗਿਆ, ਇਹਦੀ ਬੀਵੀ ਫੌਤ ਹੋ ਗਈ ਹੈ ਤੇ ਨਕਾਹ ਟੁੱਟ ਗਿਆ। ਓਏ ਕਾਦਾ, ਤੂੰ ਐਲੇ ਹਦੀਸੇ ਤੇ ਐਲੇ ਸੁਨਨਤ ਤੇ ਤੈਨੂੰ ਬਸ ਦੁਨੀਆ ਦੇ ਅੰਦਰ ਦੀਨ ਨਾਲ ਮਜ਼ਾਕ ਕਰਨਾ ਆਉਂਦਾ ਹੈ, ਪੈਗੰਬਰ ਦੀਆਂ ਹਦੀਸਾਂ ਨੂੰ ਤਰੋੜਨਾ ਮਰੋੜਨਾ ਆਉਂਦਾ ਹੈ, ਕਦੀ ਪੈਗੰਬਰ ਦੀਆਂ ਹਦੀਸਾਂ ਦਿਲ ਲਾ ਕੇ ਪੜੀਆਂ? ਹਾਂ ਹਾਂ ਮੇਰੇ ਪੈਗੰਬਰ, ਇਹ ਤੁਕ ਧਾਗਾ ਜਿਹੜਾ ਟੁੱਟ ਗਿਆ। ਮੇਰੇ ਪੈਗੰਬਰ ਨੇ ਫਰਮਾਇਆ, ਅਗਰ ਖਾਵਦ ਨੇਕ, ਅਗਰ ਬੀਵੀ, ਬੋਲੋ ਬੀਵੀ ਨੇਕ, ਬੀਵੀ ਤੇ ਇਹ ਹੋਈ ਨਕਾਹ, ਇਹਨਾਂ ਦਾ ਜੰਨਤ ਇੰਜ ਵੀ ਚੱਲੇਗਾ। ਸੁਭਾਨ ਅੱਲਾ, ਇਹ ਹੋਈ ਨਕਾਹ, ਇਹਨਾਂ ਦਾ ਜੰਨਤ ਅੰਦਰ ਚੱਲੇਗਾ। ਮੇਰੇ ਪੈਗੰਬਰ ਦੀ ਪਿਆਰੀ ਬੇਟੀ ਫਾਤਿਮਾ ਫਰਮਾਉਂਦੀਆਂ ਨੇ, ਅਲੀ ਜੀ ਇੱਕ ਹੋਰ ਮੇਰੀ ਨਸੀਹਤ ਹੈ, ਜਦੋਂ ਮੇਰੇ ਜਿਸਮ ਤੇ ਕਬਰ ਦਾ ਲਿਬਾਸ ਆ ਜਾਵੇ, ਜਿਹਨੂੰ ਕਫਨ ਕਹਿੰਦੇ ਨੇ, ਸੋਹਣੇ ਆਪਣੇ ਕਫਨ ਨੂੰ ਯਾਦ ਰੱਖਿਆ ਕਰ, ਉਹ ਨੋਟਾਂ ਦੀਆਂ ਡੱਥੀਆਂ ਵਿੱਚ ਖੇਲਣ ਵਾਲੇ ਆਪਣੇ ਕਫਨ ਨੂੰ ਯਾਦ ਰੱਖਿਆ ਕਰ।
کر اپنیاں نوٹاں دیاں دتھیاں در نمازاں ضائع کرن والیا اپنے کفن دے بندہ نو یاد رکھیا کر میں سیدہ فاطمہ فرماندیاں نے جدو میرے جسم تے قبر دا لباس آ جائے کفن آ جائے تے میرے کفن دے اتے بھی بڑی کر کے ایک چادر نو پا لینا ہے کیوں دی وجہ کیے اکھے میں سمجھ نہیں کہ میں اچھے نبی دی بیٹیاں میں اچھے پیغمبر دی بیٹیاں تے چے آج تک میں فاطمہ دا چہرہ توجہ کوئی سن دی پئیے میری ماں بہن تے توجہ کرے میرے بزرگو جوانو غیرت اس چیز دا نام ہے اکھے علی جی توانو پتہ ہے آج تک میں فاطمہ دا چہرہ یا میرے ابو محمد نے ویکھے آئے یا میرے خامد علی نے ویکھے آئے کسے ہور بندے دی فاطمہ محمد دی بیٹی دے چہرے تے نظر نہیں پئی صلی اللہ علیہ وسلم میں جانی ہاں جدو اچھے پیغمبر دی بیٹی فاطمہ غریب دی جدو میت اٹھے تے نبی دی بیٹی دا نظر پا کے چہرہ ویکھنا تے دور دی گلے کو محمد دی بیٹی دا نظر پا کے کفن ویما ویکھ سکے اینو ہی حیا کہندے نے اینو ہی غیرت کہندے نے آؤ پھر میں کوئی پیغام دینا چاہنا نیک ماوا اپنیاں تیاں دیاں تربیتاں کر دیاں نے اپنیاں تیاں نو بگاڑ دیاں اپنیاں تیاں اپنیاں بیٹیاں تے بیٹیاں دے نال کو معاملہ خرابی دا کر دیاں نیک ماواں پیغام دے دیاں نے تے اسے واسطے ایک ساڈا شاعر نے پیغام دتا ہے بڑی نیک ماں دا اپنی انداز دے اندر اپنی بولی اندر نیک ماں پتا کی کہندی کروں ٹر دیا ماں تینوں متا دے وے نیک ماں کروں ٹر دیا ماں تینوں متا دے وے نیتیے میری گل دا ایک خاص خیال رکھی جتھے خامد تیرا اپنا قدم رکھے نیتیے توں اتھے اپنے سر دے ایوال رکھی جے پورے جگ نال نہ بن سکے تیری تے اے میری بیٹی سنا خامد دے نال رکھی اللہ کو دعائے اللہ ساڑیاں بیٹیاں دی تربیت قرآن و حدیث دے مطابق کر دے اچھی آمین کہہ دیو اللہ سانو بھی اپنیاں بیٹیاں دی تربیت قرآن اور حدیث دے مطابق کرن دی توفیق عطا فرمائے اللہ بیٹیاں دی تربیت اللہ کرے کہ ساڑے صبح دے سہانے وقت اندر قرآن دی آواز کران دے بچوں آئے نہ کہ گانے آن دی تے کنجران دی جدوں قرآن پڑھے جا جاندہ سی اللہ دیاں رحمتان دا نزول بھی ہندہ ہے تے آج کہیں دے نے جناب رات نو سون لگے ہیں خواب آندر ساپ تے بچھو نظر آن دے نے مولوی صاحب کی کریے اور رات نو تو کنجر ویک کے سونیاں سمیں فلمہ تے ڈرامے تے تے نو خواب اندر رسول اللہ نظر آن تے نو خواب دے اندر پھر ساپ تے بچھو ہی نظر آنے نے نا اپنی تربیت قرآن دے مطابق کیجئے حدیث دے مطابق کیجئے میری دعا ہے کہ میں جو کچھ بیان کیتا ہے اللہ عمل دی توفیق عطا فرمائے وآخر دعوانا ان الحمدللہ رب العالمین